ਅੱਜ ਦੇ ਪ੍ਰਸੰਗ ਵਿੱਚ ਚੰਦੂ ਦੀ ਨੂੰਹ, ਉਹ ਗੁਰੂ ਦੇ ਸਿੱਖ ਦੀ ਪੁੱਤਰੀ ਹੈ, ਗੁਰੂ ਘਰ ਦੀ ਸ਼ਰਧਾਲੂ ਸੇਵਕ ਹੈ, ਉਸ ਨੂੰ ਜਦੋਂ ਪਤਾ ਲੱਗਦਾ ਹੈ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ ਹੈ ਔਰ ਉਹਦੇ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਕੇ ਉਸ ਨੂੰ ਨਿਵਾਜ ਰਹੇ ਹਨ ਔਰ ਉਸ ਤੋਂ ਉਪਰੰਤ ਪਾਪੀ ਚੰਦੂ ਸਤਿਗੁਰੂ ਜੀ ਦੇ ਪਾਸ ਆ ਕੇ ਤੱਤੇ ਰੇਤੇ 'ਤੇ ਬਿਠਾ ਕੇ ਤੱਤਾ ਰੇਤ ਸੀਸ ਵਿੱਚ ਪਾਉਣ ਦਾ ਜਾਲਮਾਨਾ ਹੁਕਮ ਸੁਣਾਏਗਾ। ਇਹ ਪ੍ਰਸੰਗ ਆ ਰਿਹਾ ਹੈ, ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਇੱਕ ਵਾਰੀ ਸਾਰੇ ਗੱਡ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਗ੍ਰਹਿ ਚੰਦੂ ਕੇ ਸੁੱਧ ਭਈ। ਚੰਦੂ ਪਾਪੀ ਦੇ ਘਰ ਵਿੱਚ ਇਹ ਖਬਰ ਪਹੁੰਚੀ ਹੈ। ਪਹਿਲਾਂ ਤਾਂ ਉਹਨੇ ਗੁਪਤੀ ਰੱਖਿਆ ਨਾ, ਪਰਿਵਾਰ ਕੋਲੋਂ ਵੀ ਲੁਕਾ ਰੱਖਿਆ, ਪਰ ਕਿਸੇ ਨਾ ਕਿਸੇ ਕਰਮਚਾਰੀ ਦੇ ਰਾਹੀਂ ਚੰਦੂ ਦੇ ਘਰ ਵਿੱਚ ਵੀ ਇਹ ਖਬਰ ਪਹੁੰਚ ਗਈ ਸਤਿਗੁਰ ਕੋ ਦੁੱਖ ਦੇਤ। ਚੰਦੂ ਪਾਪੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਬੜਾ ਅਕਹਿਤ ਅਸਹਿ ਤਸੀਹਾ ਦੇ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਬੜੇ ਭਾਰੀ ਜਬਰ ਔਰ ਜ਼ੁਲਮ ਕਰ ਰਿਹਾ ਹੈ। ਕਿਸੇ ਸਿੱਖ ਕੀ ਸੁਤਾ ਥੀ। ਕਿਸੇ ਗੁਰੂ ਘਰ ਦੇ ਧੰਨ ਗੁਰੂ ਅਰਜਨ ਦੇਵ ਜੀ ਦੇ ਸਿੱਖ ਦੀ ਇਹ ਪੁੱਤਰੀ ਹੈ, ਗੁਰਸਿੱਖ ਘਰਾਣੇ ਦੀ ਪੁੱਤਰੀ ਹੈ। ਪਾਪੀ ਨੁਖਾ ਨਕੇਤ। ਪਰ ਕਰਮ ਬਲੀ ਹੈ, ਪਾਪੀ ਦੇ ਘਰ ਦੇ ਵਿੱਚ ਨਹੁੰ ਬਣ ਕੇ ਆਈ ਹੈ। ਚੰਦੂ ਦੇ ਪੁੱਤਰ ਦੇ ਨਾਲ ਇਸ ਬੀਬੀ ਦਾ ਵਿਵਾਹ ਹੋਇਆ ਹੈ, ਸੋ ਚੰਦੂ ਜਾਲਮ ਦੇ ਘਰ ਵਿੱਚ ਨਹੁੰ ਬਣ ਕੇ ਆਈ ਹੈ ਇਹ ਬੀਬੀ। ਚੌਪਈ ਸੁਣ ਪ੍ਰਸੰਗ ਦਲਕਿਓ ਤੇ ਸਿਰਦਾ। ਸਤ ਸੰਗਤ ਜੀ, ਜਦੋਂ ਇਸ ਬੀਬੀ ਦਾ ਨਾਂ ਇਤਿਹਾਸ ਵਿੱਚ ਇੱਥੇ ਤਾਂ ਨਹੀਂ, ਵੈਸੇ ਇਹਦਾ ਨਾਮ ਰਾਜ ਕੌਰ ਆਉਂਦਾ ਹੈ। ਇਹ ਬੀਬੀ ਨੇ ਜਦੋਂ ਇਹ ਗੱਲ ਸੁਣੀ ਨਾ, ਤਾਂ ਬੀਬੀ ਦਾ ਹਿਰਦਾ ਕੰਬ ਗਿਆ। ਗੁਰਸਿੱਖ ਨੂੰ ਗੁਰੂ ਦੇ ਉੱਤੇ ਹੋ ਰਹੇ ਜਬਰ ਜ਼ੁਲਮ ਦੀ ਖਬਰ ਮਿਲੇ ਤਾਂ ਸਿੱਖ ਦਾ ਹਿਰਦਾ ਨਹੀਂ ਕੰਬੇਗਾ, ਕਿਹਦਾ ਕੰਬੇਗਾ। ਇਸ ਕਰਕੇ ਬੀਬੀ ਦਾ ਹਿਰਦਾ ਬਹੁਤ ਦੁਖੀ ਅਤੇ ਦੁੱਖ ਦੇ ਨਾਲ ਹਿਰਦਾ ਕੰਬ ਗਿਆ ਹੈ, ਬਹੁਤ ਦੁਖੀ ਹੈ। ਮਮ ਨਹਿਰ ਮਾਨੈ ਜਿਹ ਸਦਾ। ਮੇਰੇ ਪੇਕੇ, ਨਹਿਰ ਦਾ ਮਤਲਬ ਹੁੰਦਾ ਪੇਕਾ ਘਰ, ਮੇਰੇ ਮਾਂ ਬਾਪ ਦਾ ਘਰ, ਮੇਰੇ ਮਾਤਾ ਪਿਤਾ ਜਿਨ੍ਹਾਂ ਸਤਿਗੁਰਾਂ ਨੂੰ ਸਦਾ ਮੰਨਦੇ, ਜਿਨ੍ਹਾਂ ਸਤਿਗੁਰਾਂ ਦੇ ਸਦਾ ਸਿੱਖ ਸੇਵਕ ਬਣ ਕੇ ਸੇਵਾਵਾਂ ਕਰਦੇ ਰਹੇ, ਪੂਜਦੇ ਰਹੇ। ਅਨਕ ਕਾਮਨਾ ਜਾਚਤ ਪਾਈ। ਜਿਸ ਮੇਰੇ ਮਾਂ ਬਾਪ ਨੇ, ਸਾਡੇ ਪਰਿਵਾਰ ਨੇ ਅਨੇਕਾਂ ਕਾਮਨਾਵਾਂ ਸਤਿਗੁਰੂ ਜੀ ਦੇ ਦਰ ਤੋਂ ਬਖਸ਼ਿਸ਼ਾਂ ਦੇ ਰੂਪ ਵਿੱਚ ਪ੍ਰਾਪਤ ਕੀਤੀਆਂ। ਸਾਨੂੰ ਸਤਿਗੁਰੂ ਜੀ ਨੇ ਸਾਡੇ ਪਰਿਵਾਰ ਦੀਆਂ ਮਨ ਦੀਆਂ ਕਾਮਨਾਵਾਂ, ਸੰਸਾਰ ਦੇ ਪਦਾਰਥ, ਲੋਕ ਪ੍ਰਲੋਕ ਦੇ ਸੁੱਖ, ਧੰਨ ਗੁਰੂ ਅਰਜਨ ਦੇਵ ਜੀ ਨੇ ਮੇਰੇ ਮਾਂ ਬਾਪ ਨੂੰ, ਮੇਰੇ ਪਰਿਵਾਰ ਨੂੰ, ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਬਖਸ਼ਿਸ਼ ਕੀਤੇ ਸੱਚੇ ਪਾਤਸ਼ਾਹ ਨੇ। ਗੁਰ ਗੁਰ ਸਿਮਰਤ ਨਿਤ ਸੁਖਦਾਈ। ਮੇਰਾ ਪਰਿਵਾਰ, ਮੇਰੇ ਮਾਤਾ ਪਿਤਾ ਨਿਤਾ ਪ੍ਰਤੀ ਸੁਖਾਂ ਦੇ ਦਾਤੇ ਸਤਿਗੁਰੂ ਦਾ ਸਿਮਰਨ ਕਰਨ ਵਾਲੇ ਹੈ, ਗੁਰਸਿੱਖੀ ਕਮਾਉਣ ਵਾਲੇ ਹੈ, ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਕੇ ਨਾਮ ਜਪਣ ਵਾਲੇ ਹਨ, ਜਿਹੜੇ ਹਮੇਸ਼ਾ ਮੂਲ ਮੰਤਰ ਵਾਹਿਗੁਰੂ ਮੰਤਰ ਗੁਰੂ ਦੇ ਨਾਮ ਦਾ ਸਿਮਰਨ ਕਰਨ ਵਾਲੇ ਹੈ, ਬਾਣੀ ਪੜ੍ਹਨ ਵਾਲੇ ਹੈ,
ਸਸੁਰ ਪਾਤ ਕੀਤੇ ਦੁੱਖ ਦੇਤ। ਪਰ ਮੇਰਾ ਸਹੁਰਾ ਬੜਾ ਵੱਡਾ ਪਾਪੀ ਹੈ, ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦਾ ਸਿਮਰਨ ਕਰਕੇ ਸਾਨੂੰ ਸੁੱਖ ਪ੍ਰਾਪਤ ਹੁੰਦਾ, ਜਿਨ੍ਹਾਂ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਨਾਮ ਨੂੰ ਜਪ ਕੇ ਸਾਨੂੰ ਜਿਨ੍ਹਾਂ ਨੇ ਹਮੇਸ਼ਾ ਸ਼ਾਂਤੀ ਸਾਡੇ ਹਿਰਦਿਆਂ ਨੂੰ ਠੰਡ ਪਾਈ, ਅੱਜ ਉਹਨਾਂ ਸਤਿਗੁਰਾਂ ਨੂੰ ਮੇਰਾ ਪਾਪੀ ਸਹੁਰਾ ਬੜਾ ਭਾਰੀ ਦੁੱਖ ਦੇ ਰਿਹਾ ਹੈ, ਇਹ ਮਨ ਵਿੱਚ ਸੋਚਦੀ ਹੈ, ਬਹੁਤ ਭਾਰੀ ਦੁਖੀ ਹੋ ਰਹੀ ਹੈ। ਕੋ ਅਗ ਤੇ ਮੈਂ ਇਨਹੋ ਨਕੇਤ। ਪਤਾ ਨਹੀਂ ਮੇਰੇ ਜਨਮ ਵਿੱਚ ਕੋਈ ਪੂਰਬਲਾ ਐਸਾ ਮੇਰੇ ਕੋਲੋਂ ਪਾਪ ਹੋਇਆ ਕਿ ਇਸ ਪਾਪੀ ਦੇ ਘਰ ਦੇ ਵਿੱਚ ਮੇਰੀ ਪਰਾਰਬਦ ਜੁੜੀ ਕਿ ਮੈਂ ਨਹੁੰ ਬਣ ਕੇ ਆਈ ਇਹਨਾਂ ਦੀ। ਕਿਤਕ ਦਿਵਸ ਤੇ ਪੀਓ ਨਾ ਪਾਣੀ। ਪਤਾ ਲੱਗਾ ਕਿ ਕਿੰਨੇ ਦਿਨਾਂ ਤੋਂ ਸਤਿਗੁਰਾਂ ਨੇ ਪਾਣੀ ਭਾਵ ਠੰਡਾ ਜਲ ਨਹੀਂ ਛਕਿਆ। ਖਾਏ ਨਾ ਭੋਜਨ ਨਿੰਦਰਾ ਹਾਨੀ। ਨਾ ਭੋਜਨ ਲੰਗਰ ਛਕਿਆ, ਨਾ ਆਰਾਮ ਕੀਤਾ, ਨੀਂਦ ਵੀ ਨਹੀਂ ਲਈ, ਜਾਗਦੇ ਹਨ। ਇੱਕ ਜੀਵਨ ਇਸ ਘਰ ਮਹਿ ਮੇਰੋ। ਮੇਰਾ ਜੀਵਨ ਤਰਕਾਰ ਹੈ, ਇਸ ਘਰ ਵਿੱਚ ਰਹਿਣਾ ਮੇਰੇ ਲਈ ਤਰਕਾਰ ਹੈ। ਗੁਰ ਕੋ ਦੁੱਖ ਸੁਣ ਤੇ ਰੋਐ ਹੇਰੋ। ਮੈਂ ਗੁਰੂ ਸਾਹਿਬ ਦਾ ਦੁੱਖ ਸੁਣ ਕੇ ਅਜੇ ਤੱਕ ਜਿਉਂਦੀ ਬੈਠੀ ਹੈ, ਇਸ ਘਰ ਦੇ ਵਿੱਚ ਉਸੇ ਤਰ੍ਹਾਂ ਰਹਿ ਰਹੀ ਹੈ, ਇਹਦੇ ਨਾਲੋਂ ਮੇਰਾ ਮਰ ਜਾਣਾ ਚੰਗਾ ਸੀ। ਰਹੇ ਉਹਨਾਂ ਗਏ ਮਿਠਾਈ ਘੋਰੀ। ਉਸੇ ਵਕਤ ਇਹ ਭਾਵਨਾ ਹੈ, ਇਹ ਸ਼ਰਧਾ ਹੈ, ਇਹ ਪ੍ਰੇਮ ਹੈ। ਸਤਿਸੰਗ ਜੀ ਛੰਨਾ ਲਿਆ, ਛੰਨਾ ਮਾਂਜ ਕੇ ਉਹਦੇ ਵਿੱਚ ਠੰਡਾ ਜਲ ਪਾਇਆ, ਠੰਡਾ ਜਲ ਪਾ ਕੇ ਉਹਦੇ ਵਿੱਚ ਮਿੱਠਾ ਘੋਲਿਆ, ਥੋੜ੍ਹਾ ਦੁੱਧ ਪਾਇਆ, ਇਉਂ ਉਹ ਸ਼ਰਬਤ ਸਤਿਗੁਰੂ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਲਈ ਤਿਆਰ ਕੀਤਾ ਹੈ। ਕੁਛ ਭੋਜਨ ਲੈ ਗਮਨੀ ਚੋਰੀ। ਥੋੜ੍ਹਾ ਜਿਹਾ ਭੋਜਨ ਤਿਆਰ ਕਰਕੇ ਪ੍ਰਸ਼ਾਦਾ ਸਤਿਗੁਰੂ ਜੀ ਲਈ ਲੈ ਕੇ ਤਿਆਰ ਕਰਕੇ ਚੋਰੀ ਚੋਰੀ ਪਰਦੇ ਵਿੱਚ ਜਿੱਥੇ ਸਤਿਗੁਰੂ ਜੀ ਨੂੰ ਤਸੀਹਾ ਦਿੱਤਾ ਜਾ ਰਿਹਾ ਸੀ ਉੱਧਰ ਨੂੰ ਚੱਲ ਪਈ ਹੈ। ਪਹੁੰਚੀ ਜਿਹਠਾਂ ਖਰੇ ਸਿਪਾਹੀ। ਉੱਥੇ ਪਹੁੰਚ ਗਈ ਜਿੱਥੇ ਬਹੁਤ ਕਰੜਾ ਪਹਿਰਾ ਸਿਪਾਹੀਆਂ ਦਾ ਲੱਗਾ ਹੋਇਆ ਹੈ। ਸੁਖ ਚਿਤ ਡਰਤ ਜਾਤ ਨਹਿ ਪਾਹੀ। ਹੁਣ ਡਰਦੀ ਹੈ ਮਨ ਵਿੱਚ, ਚੰਦੂ ਦੀ ਨਹੁੰ ਹੈ, ਹਿੰਦੁਸਤਾਨ ਦਾ ਮੁੱਖ ਵਜ਼ੀਰ ਹੈ, ਸੰਕੋਚ ਦੀ ਹੈ, ਡਰ ਭੈ ਵੀ ਹੈ ਮਨ ਵਿੱਚ, ਅਤੇ ਨੇੜੇ ਨਹੀਂ ਜਾਂਦੀ ਹੈ ਸਿਪਾਹੀਆਂ ਦੇ ਕੋਲੇ ਕਿ ਪਛਾਣ ਆ ਗਈ, ਪਤਾ ਲੱਗ ਜਾਏਗਾ। ਇੱਕ ਹਕਾਰ ਕਰ ਆਪਣੇ ਪਾਸ। ਫਿਰ ਉਹਨਾਂ ਸਿਪਾਹੀਆਂ ਵਿੱਚੋਂ ਇੱਕ ਨੂੰ ਆਪਣੇ ਪਾਸ ਬੁਲਾਇਆ ਇਸ਼ਾਰਾ ਕਰਕੇ। ਦੀਨ ਸਜੇਵਰ ਤਿਨਹਿ ਨਿਕਾਸ। ਆਪਣੇ ਜਿੰਨੇ ਸੋਨੇ ਦੇ ਹੀਰੇ ਜੜਤ ਗਹਿਣੇ ਪਾਏ ਹੋਏ ਸੀ ਨਾ, ਸਾਰੇ ਗਹਿਣੇ ਆਪਣੇ ਸਰੀਰ ਦੇ ਲਾ ਕੇ ਉਸ ਸਿਪਾਹੀ ਨੂੰ ਦੇ ਦਿੱਤੇ। ਰੱਖੋ ਗੁਪਤ ਸੁਣਾਵੋ ਨਾਹੀਂ। ਕਹਿਣ ਲੱਗੀ ਭਾਈ ਇਹ ਗੱਲ ਗੁਪਤ ਰੱਖੀ ਵੀ ਮੈਂ ਤੈਨੂੰ ਇਹ ਜੇਵਰ, ਇਹ ਗਹਿਣੇ, ਇਹ ਸੋਨਾ ਜੋ ਮੇਰੇ ਪਾਇਆ ਸੀ, ਹੀਰੇ ਜੜਤ ਮੋਤੀ ਜੜਤ, ਇਹ ਤੈਨੂੰ ਦਿੱਤਾ ਕਿਸ ਵਾਸਤੇ ਮੈਂ ਆਈ ਹਾਂ? ਮੈਂ ਆਈ ਹਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ। ਮੈਨੂੰ ਇੱਕ ਵਾਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਦਿਓ, ਇਹ ਗੱਲ ਕਿਸੇ ਨੂੰ ਦੱਸਣੀ ਨਹੀਂ, ਗੁਪਤ ਰੱਖਣੀ ਆ ਮਨ ਵਿੱਚ। ਮੈਂ ਇੱਕ ਬੇਰ ਜਾਉਂ ਗੁਰਪਾਹੀ। ਮੈਂ ਇੱਕ ਵਾਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਣਾ ਹੀ ਜਾਣਾ ਹੈ। ਧਰੇ ਲੋਭ ਤੂਸ਼ਣ ਹੋਏ ਰਹੇ। ਇਹ ਲੋਭੀ ਲੋਕ ਸਨ ਸਾਧ ਸੰਗ ਜੀ ਉਸ ਸਮੇਂ ਦੇ ਜਰਵਾਣੇ ਤੁਰਕ, ਜਦੋਂ ਇੰਨਾ ਧਨ ਮਿਲ ਗਿਆ ਉਹਨੂੰ ਕੀ ਲੋੜ ਬੋਲਣ ਦੀ, ਉਹ ਲਾਲਚ ਵਿੱਚ ਆ ਕੇ ਰਿਸ਼ਵਤ ਰੂਪ ਦੇ ਵਿੱਚ ਧਨ ਲੈ ਕੇ ਚੁੱਪ ਕਰ ਗਿਆ, ਨਹੀਂ ਬੋਲਿਆ, ਨਹੀਂ ਕਿਸੇ ਨੂੰ ਦੱਸਿਆ। ਜਾਏ ਤੁਰਤ ਆਵੋ ਬਚ ਕਹੇ। ਕਹਿਣ ਲੱਗਾ ਚੰਗਾ ਬੀਬੀ ਤੂੰ ਛੇਤੀ ਜਾਣਾ ਅਤੇ ਛੇਤੀ ਆ ਜਾਈ, ਬਹੁਤਾ ਚਿਰ ਨਾ ਲਾਈ,
ਤੈਨੂੰ ਦਰਸ਼ਨ ਕਰਨ ਦੀ ਆਗਿਆ ਦੇ ਦਿੰਦਾ ਹਾਂ। ਚੰਦ ਪਾਤ ਕੀ ਲਖ ਹੈ ਨਾ ਜਿਸ ਤੇ, ਬਾਪੂ ਚੰਦੀ ਨੂੰ ਨਾ ਚੰਦੂ ਨੂੰ ਨਾ ਪਤਾ ਲੱਗ ਜਾਵੇ ਕਿ ਮੈਂ ਤੈਨੂੰ ਜਾਣ ਦੀ ਆਗਿਆ ਦਿੱਤੀ ਹੈ। ਹਮੋ ਨਿਕਾਸਾ ਨਹਿ ਮਨ ਰਿਸ ਤੇ, ਉਹਦੇ ਮਨ ਵਿੱਚ ਇੰਨਾ ਰਿਸ ਗੁੱਸਾ ਹੈ ਕਿ ਗੁੱਸਾ ਖਾ ਕੇ ਸਾਨੂੰ ਨੌਕਰੀ ਤੋਂ ਨਾ ਕੱਢ ਦੇਵੇ, ਔਰ ਮੇਰੀ ਨੌਕਰੀ ਨੂੰ ਵੀ ਖਤਰਾ, ਮੇਰੀ ਜਾਨ ਨੂੰ ਵੀ ਖਤਰਾ, ਮੈਨੂੰ ਮਰਾ ਵੀ ਸਕਦਾ। ਇਸ ਕਰਕੇ ਬੀਬੀ ਜ਼ਿਆਦਾ ਸਮਾਂ ਨਹੀਂ ਲਾਉਣਾ। ਗਈ ਗੁਰੂ ਟਿਕ ਦੇਖ ਤਰੋਈ, ਜਦੋਂ ਸਾਹਮਣੇ ਵੇਖਿਆ ਨਾ ਸਰੀਰ 'ਤੇ ਵੱਡੇ ਵੱਡੇ ਛਾਲੇ ਪਏ ਹੋਏ ਹੈ, ਫਲੂਹੇ ਪਏ ਹੈ, ਐਸਾ ਤਸੀਹੇ ਵਾਲਾ ਦਰਦਨਾਕ ਦ੍ਰਿਸ਼ ਵੇਖ ਕੇ ਬੀਬੀ ਭੁੱਬਾਂ ਮਾਰ ਕੇ ਰੋ ਪਈ ਉੱਚੀ ਉੱਚੀ। ਨਮੋ ਠਾਨ ਕਾ ਬਿਨਾ ਭਿਗੋਈ, ਸਾਧ ਸੰਗਤ ਜੀ ਜਦੋਂ ਨਮਸਕਾਰ ਕੀਤੀ, ਉਹ ਨਮਸਕਾਰ ਕਾਹਦੀ ਸੀ, ਉਹ ਵੈਰਾਗ ਦੇ ਅਥਰੂਆਂ ਵਿੱਚ ਭਿੱਜੀ ਹੋਈ ਨਮਸਕਾਰ ਸੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨੇਤਰਾਂ ਵਿੱਚੋਂ ਪਰਲ ਪਰਲ ਵੈਰਾਗ ਦਾ ਜਲ ਵਗ ਰਿਹਾ, ਲਗਾਤਾਰ ਝੜੀ ਲੱਗੀ ਹੋਈ ਅਥਰੂਆਂ, ਧਰਤੀ ਭਿੱਜ ਗਈ, ਔਰ ਨਮਸਕਾਰ ਕੀਤੀ, ਮੱਥਾ ਟੇਕਿਆ, ਐਸਾ ਦਰਦਨਾਕ ਤਸੀਹਾ ਸਤਿਗੁਰੂ ਜੀ ਦੇ ਸਰੀਰ ਉੱਤੇ ਕੀਤਾ ਹੋਇਆ ਜਦੋਂ ਤੱਕਿਆ। ਸ਼੍ਰੀ ਸਤਿਗੁਰ ਜੀ ਪੀਜਾ ਪਾਣੀ, ਇਹ ਸੱਚੇ ਪਾਤਸ਼ਾਹ ਇਹ ਮਿੱਠਾ ਇਹ ਠੰਡਾ ਸ਼ਰਬਤ ਜਲ ਮੈਂ ਆਪ ਜੀ ਵਾਸਤੇ ਲੈ ਕੇ ਆਈ ਹਾਂ, ਮਹਾਰਾਜ ਥੋੜ੍ਹਾ ਜ਼ਰੂਰ ਛਕੋ, ਲੈਣਾ ਕਰੋ। ਲਿਹੋ ਆਹਾਰ ਕੋ ਕੀ ਜਹ ਖਾਨੀ, ਫਿਰ ਮਹਾਰਾਜ ਥੋੜ੍ਹਾ ਜਿਹਾ ਭੋਜਨ ਬਣਾ ਕੇ ਲਿਆਂਦਾ, ਥੋੜ੍ਹਾ ਜਿਹਾ ਛਕ ਲਓ, ਮੈਂ ਬਹੁਤ ਪ੍ਰੇਮ ਸ਼ਰਧਾ ਨਾਲ ਤਿਆਰ ਕੀਤਾ ਹੈ। ਪਾਪੀ ਕੇ ਸੁੱਤ ਸੋ ਮੈਂ ਵਿਆਹੀ, ਇਹ ਮਹਾਰਾਜ ਮੈਂ ਪਾਪੀ ਕਰਮ ਚੰਦ ਦਾ ਪੁੱਤਰ ਹੈ, ਉਹਦੇ ਨਾਲ ਮੈਂ ਵਿਆਹੀ ਗਈ, ਮੇਰਾ ਕੋਈ ਪੂਰਵਲਾ ਭਾਰੀ ਪਾਪ ਸੀ ਜਿਹਦਾ ਮੈਨੂੰ ਲੇਖਾ ਦੇਣਾ ਪਿਆ। ਤੁਹਾਡੀ ਯੋਗਤਾ ਐਸੇ ਨਹੀਂ, ਇਹਨਾਂ ਪਾਪੀਆਂ ਦੇ ਘਰ ਦੇ ਵਿੱਚ ਯੋਗ ਨਹੀਂ ਸੀ, ਮੈਂ ਆਉਣ ਦੇ ਲਾਇਕ ਨਹੀਂ ਸੀ, ਇਹਨਾਂ ਦੇ ਥਾਂ ਮੇਰਾ ਟਿਕਾਣਾ ਨਹੀਂ ਸੀ ਕਿ ਮੈਂ ਇੱਥੇ ਆਉਂਦੀ ਇਹਨਾਂ ਜਾਲਮਾਂ ਦੇ ਘਰ ਵਿੱਚ। ਕਰਿਓ ਪਾਪ ਕੋ ਅੱਗੇ ਆਇਵ, ਪਰ ਮੇਰਾ ਕੋਈ ਪੂਰਵਲਾ ਪਾਪ ਅੱਗੇ ਆ ਗਿਆ ਜਿਸ ਕਾਰਨ ਇੱਥੇ ਆਉਣਾ ਪਿਆ। ਜਿਸ ਘਰ ਇਨਕੇ ਸਦਨ ਵਸਾਇਵ, ਵੱਡੇ ਵੱਡੇ ਪਾਪੀਆਂ ਦੇ ਘਰਾਂ ਵਿੱਚ ਗੁਰਸਿੱਖਾਂ ਦੇ ਨਾਤੇ ਰਿਸ਼ਤੇ ਹੋਏ, ਪਰ ਉਹਨਾਂ ਦੀ ਕਰਨੀ ਨੇ ਉਹਨਾਂ ਦੇ ਜੀਵਨ ਬਦਲ ਦਿੱਤੇ, ਉਹਨਾਂ ਨੂੰ ਗੁਰਸਿੱਖ ਬਣਾ ਦਿੱਤਾ। ਬਹੁਤ ਪ੍ਰਸੰਗ ਹਨ, ਸਮਾਂ ਆਗਿਆ ਨਹੀਂ ਦਿੰਦਾ। ਇਹਦਾ ਭਾਵ ਇਹ ਹੈ, ਸਿੱਖ ਕਿਤੇ ਵੀ ਚੱਲਿਆ ਜਾਵੇ, ਸਿੱਖ ਦੀ ਪੁੱਤਰੀ ਚਲੀ ਜਾਏ, ਸਿੱਖ ਦਾ ਪੁੱਤਰ ਚੱਲਿਆ ਜਾਏ, ਪਰ ਸਿੱਖੀ ਨਹੀਂ ਕਦੇ ਛੱਡਣੀ, ਸਿੱਖੀ ਨਾਲ ਅੰਦਰੋਂ ਅੰਤਰੀਵ ਜੁੜ ਕੇ ਰਹਿਣਾ। ਗੁਰਸਿੱਖ ਪੁੱਤਰੀ ਦਾ ਜੀਵਨ ਉਹ ਧਨ ਬਣ ਜਾਂਦਾ, ਜੇ ਸ਼ਰਾਬੀਆਂ ਦੇ ਘਰ ਵਿੱਚ ਗਈ ਹੈ ਤਾਂ ਉਹਨਾਂ ਨੂੰ ਅੰਮ੍ਰਿਤ ਛਕਾ ਦੇਵੇ, ਅੰਮ੍ਰਿਤ ਪਿਆ ਦੇਵੇ, ਅਤੇ ਗੁਰਸਿੱਖ ਵੀ ਪਾਪੀਆਂ ਦੇ ਘਰ ਵਿੱਚ ਜਾ ਕੇ ਉਹਨਾਂ ਨੂੰ ਧਰਮੀ ਬਣਾ ਦੇਵੇ, ਫਿਰ ਉਹਦੀ ਸਿੱਖੀ ਉਹਦਾ ਜੀਵਨ ਸਫਲ ਹੋ ਜਾਂਦਾ। ਹੋਏਗਾ ਭਾਈ ਉਹਦਾ ਜਿਹਦੇ ਰੋਮ ਰੋਮ ਵਿੱਚ ਧੁਰ ਅੰਦਰ ਸਿੱਖੀ ਅਤੇ ਗੁਰਬਾਣੀ ਵਸੀ ਹੋਈ ਹੈ, ਉਹਦਾ ਪ੍ਰਭਾਵ ਅਵਸ਼ ਇੱਕ ਨਾ ਇੱਕ ਦਿਨ ਜ਼ਰੂਰ ਪਏਗਾ, ਪੈਂਦਾ ਹੀ ਪੈਂਦਾ ਹੈ। ਗੁਰਸਿੱਖਾਂ ਦੀਆਂ ਧੀਆਂ ਨੇ, ਗੁਰਸਿੱਖਾਂ ਦੇ ਪੁੱਤਰਾਂ ਨੇ ਵੱਡੇ ਵੱਡੇ ਪਾਪੀਆਂ ਦੇ ਲੇਖ ਬਦਲ ਦਿੱਤੇ, ਉਹਨਾਂ ਨੂੰ ਸਿੱਖੀ ਨਾਲ ਜੋੜ ਲਿਆ, ਐਸੇ ਉਹਨਾਂ ਦੇ ਜੀਵਨ ਬਦਲੇ ਹਨ। ਤੁਮਰੇ ਸਿੱਖ ਕੀ ਸੁਤਾ ਪਛਾਨ, ਮਹਾਰਾਜ ਤੁਹਾਡੇ ਪੁੱਤਰ ਦੀ ਪੁੱਤਰ ਤੁਹਾਡੇ ਸਿੱਖ ਦੀ ਪੁੱਤਰੀ ਹੈ,
ਤੁਸੀਂ ਜਾਣਦੇ ਹੋ ਮਹਾਰਾਜ, ਮੈਂ ਆਪ ਜੀ ਦਾ ਫਲਾਨਾ ਸਿੱਖ ਹੈ ਮਹਾਰਾਜ, ਉਹਦੀ ਪੁੱਤਰੀ ਹੈ, ਤੁਸੀਂ ਜਾਣਦੇ ਹੋ। ਨਿਜ ਦਾਸਨ ਲਗ ਕਰਨਾ ਠਾਨ ਹੋ। ਮਹਾਰਾਜ ਤੁਸੀਂ ਆਪਣੇ ਦਾਸਾਂ ਸੇਵਕਾਂ ਤੇ ਹਮੇਸ਼ਾ ਹੀ ਦਿਆਲਤਾ ਕਰਨ ਵਾਲੇ ਹੋ, ਕਿਰਪਾ ਕਰਨ ਵਾਲੇ ਹੋ। ਇੱਕ ਸਤਿਗੁਰ ਸ੍ਰੀ ਮੁਖ ਤੇ ਪਾਖਾ। ਇਹ ਬੇਨਤੀਆਂ ਸੁਣ ਕੇ, ਇਹਦੇ ਚਿਹਰੇ ਵੱਲ ਵੇਖ ਕੇ ਸਤਿਗੁਰਾਂ ਨੇ ਅੱਗੋਂ ਬਚਨ ਕੀਤਾ। ਸਾਧ ਤੋਹੇ ਅਸ ਭਾਉ ਜ ਰਾਖਾ। ਬੀਬੀ ਸਾਬਾਸ਼ ਹੈ ਤੇਰੇ, ਸਾਬਾਸ਼ ਹੈ, ਤੂੰ ਧੰਨ ਹੈ ਜਿਹੜਾ ਤੂੰ ਇੰਨਾ ਮਨ ਵਿੱਚ ਸ਼ਰਧਾ ਔਰ ਭਾਵਨਾ ਰੱਖੀ ਹੋਈ ਹੈ। ਧੰਨ ਹੈ ਤੇਰਾ ਜੀਵਨ, ਤੂੰ ਧੰਨ ਹੈ। ਇਹ ਸਤਿਗੁਰੂ ਜੀ ਨੇ ਕਹਿ ਕੇ ਕਿਰਪਾ ਭਰੇ ਬਚਨ ਕੀਤੇ। ਜੇਕਰ ਚਾਹੇ ਆਪਣੀ ਕਲਿਆਣਾ, ਜੇ ਕਰਕੇ ਤੂੰ ਆਪਣੀ ਕਲਿਆਣ ਚਾਹੁੰਦੀ ਹੈ, ਸੰਗ ਹਮਾਰੇ ਤਿਆਗ ਹੋ ਪ੍ਰਾਨਾ। ਫਿਰ ਤੂੰ ਇਹ ਪਾਪੀ ਦੇ ਘਰ ਦੇ ਰਹਿਣ ਦੇ ਯੋਗ ਨਹੀਂ, ਅਸੀਂ ਵੀ ਸੱਚਖੰਡ ਜਾਣਾ, ਤੂੰ ਆਪਣੀ ਦੇਹ ਵੀ ਤਿਆਗ ਕੇ ਸੱਚਖੰਡ ਨੂੰ ਚਲੀ ਜਾ, ਸਾਡੀ ਪੁਰੀ ਨੂੰ। ਜਰਾ ਉਖੇਰੇ ਚੰਦੂ ਕੇਰੀ। ਪਾਪੀ ਦੇ ਘਰ ਵਿੱਚ ਰਹਿਣਾ ਕਿੱਥੋਂ ਤੱਕ ਯੋਗ, ਫਿਰ ਐਡਾ ਵੱਡਾ ਪਾਪੀ, ਐਡਾ ਵੱਡਾ ਹਥਿਆਰਾ, ਤੂੰ ਆਪਣੇ ਪ੍ਰਾਣ ਤਿਆਗ ਦੇ। ਇਸ ਪਾਪੀਆਂ ਦੇ ਘਰ ਵਿੱਚ ਤੇਰਾ ਟਿਕਾਣਾ ਨਹੀਂ, ਤੇਰੇ ਰਹਿਣ ਦੀ ਯੋਗ ਇਹ ਥਾਂ ਨਹੀਂ ਹੈ। ਮਰਹਿ ਜਬੈ ਦੋਜਕ ਮਹਿੰਗੇਰੀ। ਇਹ ਪਾਪੀ ਜਦੋਂ ਮਰੇਗਾ, ਇਹਦੀ ਔਲਾਦ ਮਰੇਗੀ, ਇਹਨਾਂ ਨੂੰ ਪਰਮੇਸ਼ਰ ਮਰਨ ਤੋਂ ਬਾਅਦ ਨਰਕਾਂ ਦੀ ਅੱਗ ਵਿੱਚ ਸਿੱਟੇਗਾ ਵਾਹਿਗੁਰੂ। ਇਹ ਨਰਕਾਂ ਵਿੱਚ ਪੈਣਗੇ, ਡਿੱਗਣਗੇ। ਇਹਾਂ ਹਮਾਰੋ ਪਲਟਾ ਲੈ ਕੇ, ਸਾਡਾ ਪਲਟਾ, ਸਾਡੇ ਸਰੂਪ ਛੇਵੇਂ ਪਾਤਸ਼ਾਹ ਲੈਣਗੇ ਇਸ ਕੋਲੋਂ, ਇਸ ਪਾਪੀ ਤੋਂ ਬਦਲਾ ਲੈਣਗੇ ਇਹਨਾਂ ਤਸੀਹਾਂ ਦਾ। ਪਤਾ ਕਮੌਤ ਮਹਾ ਦੁੱਖ ਦੈ ਕੇ, ਐਸੀ ਕਮੌਤੇ ਮਾਰਨਗੇ ਨਾ ਕਿ ਇਹਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਬਹੁਤ ਦੁੱਖ ਪਾ ਕੇ, ਦੁੱਖ ਭੋਗ ਕੇ ਮਰੇਗਾ, ਤੜਫ ਤੜਫ ਕੇ। ਸਕਲ ਸਦਨ ਇਸ ਹੋਏ ਖਰਾਬ। ਇਹਦਾ ਸਾਰਾ ਘਰ ਖਾਨਾ ਹੀ ਖਰਾਬ, ਭਾਵ ਉੱਜੜ ਜਾਏਗਾ, ਇਹਦਾ ਖਾਨਾ ਖਰਾਬ, ਇਹਦਾ ਖਾਨਦਾਨ ਖਤਮ ਹੋ ਜਾਏਗਾ। ਰਹਿਣਾ ਕਿਵੇਂ ਮੈਂ ਬਣੇ ਸ਼ਤਾਬ। ਐਸੇ ਪਾਪੀਆਂ ਦੇ ਘਰ ਵਿੱਚ ਤੇਰਾ ਰਹਿਣਾ ਨਹੀਂ ਬਣਦਾ। ਕਿਉਂ? ਤੂੰ ਪੁੱਤਰੀ ਨਰਕਾਂ ਦੀ ਭਾਗੀ ਨਹੀਂ ਹੋਣਾ, ਤੂੰ ਸਾਡੀ ਸਿੱਖ ਦੀ ਪੁੱਤਰੀ ਹੈ। ਇਸ ਕਰਕੇ ਸਤਾਬ ਦਾ ਅਰਥ ਛੇਤੀ ਹੁੰਦਾ, ਸਤਾਬੀ ਸਤਾਬੀ, ਇਹ ਵੀ ਉੱਧਰਲੀ ਬੋਲੀ ਹੈ। ਸੋ ਇਸ ਕਰਕੇ ਸ਼ਤਾਬ ਛੇਤੀ ਤੈਨੂੰ ਇਹ ਅਮਲ ਵਿੱਚ ਲਿਆਉਣਾ ਬਣਦਾ ਕਿ ਤੂੰ ਆਪਣੀ ਦੇਹ ਤਿਆਗ ਦੇ, ਤੇਰੀ ਪਰਾਰਬਦ ਵੀ ਨੇੜੇ ਆ ਗਈ ਹੈ, ਸਮਾਂ ਵੀ ਤੇਰਾ ਹੋਰ ਨਹੀਂ ਹੈ ਰਹਿਣ ਦਾ ਮਾਤ ਲੋਕ ਵਿੱਚ। ਅਖਲ ਕੁਟੰਬ ਅਲੰਬ ਬਹੀਨੇ। ਜਿੰਨਾ ਸਾਰਾ ਪਰਿਵਾਰ ਹੈ ਨਾ, ਭਾਵ ਕਿਹਦਾ, ਚੰਦੂ ਦਾ, ਇਹ ਪਰਿਵਾਰ ਦਾ ਦੁਨੀਆਂ ਵਿੱਚ ਕੋਈ ਆਸਰਾ ਨਹੀਂ ਰਹੇਗਾ, ਭਾਵ ਇਹਨਾਂ ਨੂੰ ਕੋਈ ਬਚਾਉਣ ਵਾਲਾ ਨਹੀਂ ਹੈ ਹੁਣ। ਰੋਦਤ ਮਰੇ ਮਹਾਂ ਦੁੱਖ ਲੀਨੇ। ਰੋ ਰੋ ਕੇ ਮਰਨਗੇ, ਪੁਕਾਰਾਂ ਕਰਨਗੇ, ਬੜੇ ਦੁੱਖ ਇਹਨਾਂ ਨੂੰ ਲੈਣੇ ਪੈਣੇ ਹੈ, ਬੜੇ ਦੁੱਖਾਂ ਦੀ ਇਹਨਾਂ ਦੇ ਉੱਤੇ ਬਿਪਤਾ ਪਏਗੀ ਭਾਰੀ। ਰੱਖੋ ਗੋਪ ਬਤਾਵੋ ਕਾਹੇ ਨਾ। ਇਹ ਬਚਨ ਕਿਸੇ ਨੂੰ ਦੱਸਣਾ ਨਹੀਂ, ਕੇਵਲ ਤੈਨੂੰ ਦੱਸਿਆ ਕਿ ਇਹਨਾਂ ਨਾਲ ਕੀ ਵਾਪਰਨਾ ਹੈ। ਇਸ ਕਰਕੇ ਇਹ ਤੂੰ ਗੁਰੂ ਕੀ, ਗੁਰੂ ਕੇ ਸਿੱਖ ਦੀ ਪੁੱਤਰੀ ਜਾਣ ਕੇ ਤੈਨੂੰ ਸਾਰਾ ਇਹ ਭੇਤ ਅਸੀਂ ਡਣਾਇਆ ਹੈ। ਸੰਕਟ ਇਹਨੋ ਸੰਗ ਸਹਿ ਨਾ ਹੈ। ਤੂੰ ਇਹਨਾਂ ਦੇ ਨਾਲ ਰਹਿ ਕੇ ਉਹ ਦੁੱਖ, ਉਹ ਮੁਸੀਬਤਾਂ, ਉਹ ਵੱਡੇ ਵੱਡੇ
ਜੋ ਇਹਨਾਂ ਨੇ ਪਾਪ ਕੀਤੇ ਆ ਉਹਨਾਂ ਦਾ ਭਾਗੀਦਾਰ ਨਹੀਂ ਬਣਨਾ। ਖਾਣ ਪਾਣ ਇਸ ਕੇ ਘਰ ਕੇ ਰਾ, ਦੂਜੀ ਬੀਬੀ ਇਸ ਪਾਪੀ ਦੇ ਘਰ ਦਾ ਖਾਣਾ ਪੀਣਾ ਜਿਹੜਾ ਹੈ ਹਮ ਨਾ ਕਰੇ ਜਾਹੋ ਲੈ ਫੇਰਾ। ਆਖੋ ਭਾਈ ਵਾਹਿਗੁਰੂ, ਮਹਾਰਾਜ ਕਹਿੰਦੇ ਅਸੀਂ ਖਾਣਾ ਨਹੀਂ, ਬਚਨ ਕਰਤਾ ਸੀ ਨਾ ਕਿ ਚੰਦੂ ਅੱਜ ਤੋਂ ਤੇਰੇ ਘਰ ਦਾ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੀਵਾਂਗੇ ਅਤੇ ਅੰਨ ਵੀ ਨਹੀਂ ਛਕਾਂਗੇ ਅਤੇ ਨੀਂਦ ਵੀ ਨਹੀਂ ਲਵਾਂਗੇ, ਕਿਉਂ ਕਿਹਾ ਸੀ ਨਾ ਪਹਿਰੇਦਾਰਾਂ ਨੂੰ ਪਿੱਛੇ ਤੁਸੀਂ ਸੁਣਿਆ, ਕਹਿੰਦੇ ਪਾਣੀ ਮੰਗਣ 1,00,000 ਰੁਪਈਆ ਲੈ ਕੇ ਫਿਰ ਦੇਣਾ ਪਾਣੀ ਪੀਣ। ਜ਼ਾਲਮ ਅੱਤਿਆਚਾਰ ਦਾ ਸਿਰਾ ਕਰਦਾ ਜਦੋਂ ਕਰਨ 'ਤੇ ਆਉਂਦਾ, ਕਹਿੰਦਾ ਜੇ ਰੋਟੀ ਮੰਗਣ 1,00,000 ਰੁਪਇਆ ਦੇ ਕੇ ਰੋਟੀ ਖਵਾਉਣੀ ਹੈ, ਜੇ ਸੌਣ ਨੂੰ ਕਹਿਣ ਫਿਰ ਸੌਣ ਵਾਸਤੇ ਵੀ 1,00,000 ਰੁਪਇਆ ਲੈ ਕੇ ਸੌਣ ਦੇਣਾ ਇਹਨਾਂ ਨੂੰ। ਇਹ ਸਿਪਾਹੀਆਂ ਨੂੰ ਖਾਸ ਹਦਾਇਤ ਕੀਤੀ ਸੀ ਪਾਪੀ ਨੇ ਜਦੋਂ ਸਤਿਗੁਰਾਂ ਨੂੰ ਕੈਦ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਪਾਪੀ ਜ਼ਾਲਮ ਹੇ ਹਤਿਆਰੇ ਚੰਦੂ, ਅੱਜ ਤੋਂ ਤੇਰੇ ਘਰ ਦਾ ਕੁਝ ਨਹੀਂ ਖਾਵਾਂਗੇ, ਕੁਝ ਨਹੀਂ ਪੀਵਾਂਗੇ, ਨੀਂਦ ਵੀ ਤਿਆਗ ਦਿੱਤੀ। ਸੋ ਇਉਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੰਗਤ ਦੀ ਮਾਇਆ ਅਸੀਂ ਆਪਣਾ ਸਰੀਰ ਬਚਾਉਣ ਵਾਸਤੇ ਨਹੀਂ ਇਹ ਲਾਉਣੀ, ਅਸੀਂ ਸਭ ਕੁਛ ਹੀ ਤਿਆਗਿਆ। ਤਾਂ ਮਹਾਰਾਜ ਕਹਿੰਦੇ ਬੀਬੀ ਇਹ ਲੈ ਜਾ ਵਾਪਸ, ਅਸੀਂ ਛਕਣਾ ਨਹੀਂ ਹੈ, ਸਾਡਾ ਪ੍ਰਣ ਕੀਤਾ ਹੋਇਆ ਹੈ। ਸੁਣ ਸਤਿਗੁਰ ਤੇ ਸਗਰੀ ਬਾਤ, ਸਤਿਗੁਰੂ ਮਹਾਰਾਜ ਜੀ ਤੋਂ ਇਹ ਸਾਰੇ ਬਚਨ ਸੁਣ ਕੇ ਆਸ਼ੋ ਲਖਿਓ ਪ੍ਰਾਣ ਕੋ ਘਾਤ, ਚੰਗਾ ਸਮਝਿਆ ਕਿ ਆਪਣੇ ਪ੍ਰਾਣ ਤਿਆਗ ਦਿਆਂ। ਕਹਿਤ ਆਪਣੇ ਸੰਗ ਮਿਲਾਵ ਹੋ, ਮਹਾਰਾਜ ਨੂੰ ਕਹਿਣ ਲੱਗੀ ਸੱਚੇ ਪਾਤਸ਼ਾਹ ਮੈਂ ਹੁਣ ਆਪਣੀ ਦੇਹ ਤਿਆਗਾਂਗੀ, ਪਰ ਮਹਾਰਾਜ ਮੈਨੂੰ ਕਿਤੇ ਹੋਰ ਨਹੀਂ, ਆਪਣੀ ਸੱਚਖੰਡ ਪੂਰੀ ਭਾਵ ਸੱਚਖੰਡ ਦੇ ਵਿੱਚ ਲੈ ਜਾਇਓ ਸੱਚੇ ਪਾਤਸ਼ਾਹ, ਆਪਣੇ ਚਰਨਾਂ ਵਿੱਚ ਜਿੱਥੇ ਹੋਰ ਗੁਰਸਿੱਖ ਰੱਖੇ ਹੈ ਮੈਨੂੰ ਵੀ ਉੱਥੇ ਥਾਂ ਬਖਸ਼ਿਓ, ਟਿਕਾਣਾ ਦਿਓ, ਕਰੋ ਕਿਰਪਾ ਲੈ ਸੰਗ ਸਿਧਾਵੋ, ਮਾਰਾ ਨਾਲ ਲੈ ਜਾਇਓ ਮੈਨੂੰ ਸੱਚਖੰਡ ਦੇ ਵਿੱਚ। ਅੰਗੀਕਾਰ ਨਾ ਗੁਰ ਕੁਛ ਕੀਨੋ, ਸਤਿਗੁਰਾਂ ਨੇ ਕੁਝ ਵੀ ਛਕਿਆ ਨਹੀਂ, ਪ੍ਰਵਾਨ ਨਹੀਂ ਕੀਤਾ ਕਿਉਂਕਿ ਪ੍ਰਣ ਕੀਤਾ ਹੋਇਆ ਸੀ। ਹਟ ਗਮਨੀ ਮਰਬੋ ਨਿਜ ਚੀਨੋ, ਬੀਬੀ ਨੇ ਪੱਕਾ ਫੈਸਲਾ ਕਰ ਲਿਆ, ਨਮਸਕਾਰ ਕਰਕੇ ਪਿੱਛੇ ਗਈ ਅਤੇ ਦ੍ਰਿੜ ਫੈਸਲਾ ਕਰ ਲਿਆ ਕਿ ਹੁਣ ਦੇਹ ਤਿਆਗ ਦੇਣੀ ਹੈ, ਮੇਰੇ ਅਖੀਰਲਾ ਸਮਾਂ ਮੇਰਾ ਹੁਣ ਨੇੜੇ ਜਾਣਿਆ ਹੈ। ਅਦਕ ਦੁਖੀ ਹੋਏ ਪਰੀ ਵਿਚਾਰੀ, ਬਹੁਤ ਦੁੱਖ ਦੇ ਵਿੱਚ, ਬਹੁਤ ਸੰਕਟ ਦੇ ਵਿੱਚ ਮਨ ਹੁਣ ਉਸ ਦੁੱਖਾਂ ਦੇ ਵਹਿਣ ਵਿੱਚ ਚਲਿਆ ਗਿਆ ਕਿ ਧੰਨ ਗੁਰੂ ਅਰਜਨ ਦੇਵ ਜੀ ਦੇ ਉੱਤੇ ਐਡਾ ਵੱਡਾ ਜਬਰ ਅੱਖੀ ਵੇਖ ਲਿਆ। ਉਸ ਤਸੀਹੇ ਨੂੰ ਵਾਰ ਵਾਰ ਮਨ ਵਿੱਚ ਚਿਤਵ ਕੇ ਬਹੁਤ ਵੈਰਾਗ ਵਿੱਚ ਆ ਜਾਂਦਾ ਹੈ ਹਿਰਦਾ। ਬਸ ਨਾ ਬਸਾਇਬ ਹੋਈ ਲਚਾਰੀ, ਬਸ ਨਹੀਂ ਕੋਈ ਚੱਲਦਾ, ਪਾਪੀ ਆ, ਕਠੋਰ ਜ਼ਾਲਮ ਹੈ, ਬੇਵੱਸ ਹੈ, ਲਾਚਾਰ ਹੈ।